हाँ भाई वाह, कदा सिरा कराता भलाई वाले वाले ने, आप भी बनिए रेट ऊ तो ग्रांट तो कोई आती नहीं, कम तो कोई होंगे नहीं, आप तो यह जे काम करके आप ठोकरी पा दें पिंड च होजूगी, सरपंच ने सिरा कराता रेट बनता ये वो करता करता मैंबर फोन आए। हैलो की हाल है मैंबर साहब, माड़ा जहा करे आओ काम आप दूए मैंबर भी लाया आयो। हाँ जी हाँ ठीक है, आज लगे हो मैंबर साहब, गेट खुला ही आ। की हाल है सरपंच साहब? ਵਧੀਆ ਜੀ ਵਧੀਆ, ਬੰਦੇ ਹੀ ਪ੍ਰਮਾਣ ਕਰੋ ਬੈਠੋ। ਵਧੀਆ ਜੀ, ਹੋਰ ਕਿਵੇਂ ਯਾਦ ਕਰਿਆ ਜੀ? ਯਾਦ ਤਾਂ ਇਹ ਕਰਿਆ, ਹੁਣ ਪਿੰਡ 'ਚ ਕੰਮ ਤਾਂ ਕੋਈ ਆਪਾਂ ਕਰ ਨਹੀਂ ਸਕਦੇ, ਗਰਾਂਟ ਗਰੂਂਟ ਕਿੱਥੇ ਆਉਂਦੀ ਆ ਤੁਹਾਨੂੰ ਪਤਾ ਹੈ? ਉਹ ਤਾਂ ਕਿੱਥੇ ਆਉਂਦੀ ਆ, ਤੁਸੀਂ ਠੁੱਕ ਜੀ ਪਾ ਦਈਏ ਮਹਾਂ, ਰੇਟ ਰੂਟ ਤਾਂ ਬਣਦੀ ਹੈ, ਬਣਾਓ ਜੀ ਠੁੱਕ ਬਣਾਓ। ਉਹੀ ਤਾਂ ਗੱਲ ਆ, ਹੁਣ ਐਂ ਕਰ ਫਿਰ, ਨਾਲ ਤਾਂ ਕਰਦਾ ਲੇਬਰ ਵਾਲਿਆਂ ਨੂੰ ਫੋਨ। ਅੱਛਾ ਜੀ, ਨਾਲੇ ਇੱਕ ਦੋ ਪੈਨ ਵਾਲਿਆਂ ਨੂੰ ਕਰਦਾ। ਠੀਕ ਆ, ਬਿੱਲੇ ਉਹਨਾਂ ਨੂੰ ਕਰ ਲਿਆ ਆਪਾਂ, अपनी मोटर ते आओ खेत। हां हां गल करनी है कोई जरूरी, चलो ठीक है मोटर ते आ जाओ, मैं मोटर ते ही आ। ठीक है ऐ कर, किधर जाया है? मैं जाया है जी सरपंच साहब, एक गल कहनी थी थानू। हां जी दसी बापू, तू घरे की कहना थी? ਘਰੇ ਮੈਂ ਤਾਂ ਉਹੀ ਕਹਿਣਾ ਸੀ, ਮਹਾਂ ਤੁਸੀਂ ਨੇ ਫਰਸ਼ ਬਹੁਤ ਵਧੀਆ ਲਵਾਤੇ ਪਿੰਡ 'ਚ। ਹੈਂ? ਕਿਹੜੇ ਫਰਸ਼? ਉਹ ਜਿਹੜਾ ਉਹ ਪੱਥਰ ਲਵਾਇਆ ਉਹਦੇ ਤਿਰਕ ਤਿਰਕ ਡਿੱਗੇ, ਮੇਰਾ ਗਿੱਟਾ ਟੁੱਟ ਗਿਆ ਉੱਥੇ। ਕਰ ਲਓ ਮਜ਼ਾਕ, ਕੋਈ ਨਹੀਂ ਵਾਦਾ ਸਰਪੰਚ ਸਾਹਿਬ, ਤੁਸੀਂ ਲਾਓ ਕੱਟਦੇ ਕਰੇ ਤੇ ਤੁਸੀਂ ਜਿਵਸ ਲਾ ਕੇ ਬੁੜੀਆਂ ਦੇ ਲੱਤਾਂ ਟੁੱਟ ਗਈਆਂ ਗਿਰ ਗਿਰ। ਉਹ ਲਾਵਾਂਗੇ ਲਾਵਾਂਗੇ, ਗਰੰਟ ਨਹੀਂ ਆਉਂਦੀ ਹਲੇ। ਚੰਗਾ ਜੀ, ਇਹ ਵੀ ਸਾਰੇ ਬਾਹਲੀ ਚੁੱਪ ਵੀ ਗੱਲ ਕਰਦੇ ਨੇ, ਜਿਆਦਾ ਉਹ ਮਾਰਦੇ ਨੇ ਸਾਡੇ ਤੇ, ਮੈਨੂੰ ਬਹੁਤ ਬੁਰੇ ਲੱਗਦੇ ਨੇ। समझ गया मैं तेरी गल, कोई ना कोई ना देख के बनांगे। ਹੋਰ ਜੀ ਬੇਲਾ ਜੀ ਕੀ ਹਾਲ ਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਕੀ ਹਾਲ ਆ ਜੀ? ਹੁਣ ਸਤਿ ਸ਼੍ਰੀ ਅਕਾਲ ਸੱਤਾ ਜੀ। ਠੀਕ ਹੈ ਜੀ, ਠੀਕ ਹੈ। ਦੇਖੋ ਕਿਵੇਂ ਯਾਦ ਕਰ ਲਿਆ? ਯਾਦ ਤਾਂ ਤੁਹਾਨੂੰ ਐਂ ਕਰਿਆ, ਮਹਾ ਚਲੋ ਰੇਟ ਬੰਨਦੀ ਐ, ਹਰੇਕ ਪਿੰਡ ਦੇ ਰੇਟ ਬੰਨਦੇ ਨੇ ਲੋਕ। ਆਹੋ ਅਸੀਂ ਵੀ ਸੁਣਿਆ ਸੀਗਾ ਜੀ, ਆਪਣੇ ਨਾਲ ਦੇ ਪਿੰਡ ਰੇਟ ਰੂਟ ਬੰਨਤਾ ਕਹਿੰਦੇ। ਹਾਂ, ਨਾਲੇ ਕਪੈਨਾਂ ਦਾ, ਨਾਲੇ ਰੀਪਰ ਦਾ, ਨਾਲੇ ਸਾਰੇ ਗਾਸ ਦਾ ਹੀ ਰੇਟ ਬੰਨਦੇ ਨੇ। ਠੀਕ ਆ, ਠੀਕ ਆ, ਬੰਨ ਦੋ ਸਰਪੰਚ ਸਾਹਿਬ, ਕੋਈ ਗੱਲ ਨਹੀਂ। ਬਹੁਤ ਵਧੀਆ ਗੱਲ ਆਈ ਫਿਰ। ਦੱਸੋ ਫਿਰ ਕੀ ਹਿਸਾਬ ਕਿਤਾਬ ਆ ਰੇਟ ਦਾ ਹੁਣ ਮੈਨੂੰ, ਫਿਰ ਆਪਾਂ ਉਸ ਹਿਸਾਬ ਨਾਲ ਬੰਨ ਦਾਂਗੇ। ਹਿਸਾਬ ਕਿਤਾਬ ਤਾਂ ਐ ਆ ਜੀ, ਹਜੇ ਤੱਕ ਤਾਂ ਸਾਨੂੰ ਲੇਬਰ ਵੀ ਨਹੀਂ ਮਿਲੀ ਰੀਪਰ ਵਾਲੀ, ਕਿਉਂ ਬਈਏ ਬਈਏ ਤਾਂ ਇਹਦੀ ਆਈ ਨਹੀਂ ਹੈਗੀ। ਲੇਬਰ ਆਪਣੇ ਪਿੰਡ ਦੀ ਹੈਗੀ ਆ, ਦੇਖੋ ਇਹਨਾਂ ਨਾਲ ਵੀ ਹੈਗੀ ਲੇਬਰ। ਪਿਛਲੇ ਸਾਲ ਵਾਲੇ ਰੇਟ ਦੱਸਦੇ ਸੱਤੇ ਇਹਨਾਂ ਨੂੰ, ਤੁਸੀਂ ਇਹਨਾਂ ਨੂੰ ਪੁੱਛ ਲਓ ਜੀ ਕਿਵੇਂ ਕਹਿੰਦੇ ਨੇ, ਫਿਰ ਉਸ ਹਿਸਾਬ ਨਾਲ ਸਾਡਾ ਬੰਨਦੇ ਹੋ ਪਹਿਲਾਂ। ਪਿਛਲੇ ਸਾਲ ਕੀ ਰੇਟ ਸੀ? ਪਿਛਲੇ ਸਾਲ ਦਾ ਜੀ ਰੀਪਰ ਦਾ ਤਾਂ ਕਿਸੇ ਨੇ 1100 ਨੂੰ ਵੀ ਦਿੱਤੇ ਨੇ, ਕਿਸੇ ਨੇ 1500 ਨੂੰ ਵੀ ਦਿੱਤੇ ਨੇ ਜੀ। ਕਪੈਨ ਦਾ ਕੀ ਸੀ? ਕਪੈਨ ਦਾ ਵਾ 1000-1500, ਕਪੈਨ ਦਾ 50 ਰੁਪਏ ਘੰਟੇ ਹੁੰਦਾ ਜੀ। ਵਾ ਕੋਈ ਟੁੱਟ ਮੈਂ ਲਈ ਜਾਂਦਾ ਜੀ, ਕੋਈ ਕਿਵੇਂ ਲਈ ਜਾਂਦਾ, ਕੋਈ ਕਿਵੇਂ ਲਈ ਜਾਂਦਾ। ਹਾਂ ਵੀ ਬਿੱਟੂ, ਪਿੱਛੇ ਕੀ ਰੇਟ ਸੀ ਤੁਹਾਡਾ? 275 ਦੀ ਜੀ। ਫਿਰ ਐਤਕੀ ਕਿਵੇਂ ਕਰਨਾ? ਐਤਕੀ 100 ਰੁਪਏ ਦਾ ਵਧਾਓ ਜੀ, ਐਤਕੀ ਲੇਬਰ ਲੂਬਰ ਤਾਂ ਆਈ ਨਹੀਂ। ਹਾਂ ਹਾਂ 100 ਤਾਂ ਵਧਾਓ ਜੀ ਐਤਕੀ। ਫਿਰ ਦੇਖੋ ਮਿੱਤਰੋ ਕਿਵੇਂ ਕਰੀਏ, ਸਾਡਾ ਵੀ ਇਹ ਹਿਸਾਬ ਨਾਲੇ ਦੇਖ ਕੇ ਬਣਾ, ਸਾਡਾ ਵਧਾ ਦਿਓ ਜੀ। ਰੇਟ ਜੇ 100 ਰੁਪਿਆ ਵਧਾਉਂਦੇ ਨੇ ਜੀ, 1200 ਪਿਛੇ ਦੀ 100 ਰੁਪਿਆ ਸਾਡਾ ਵਧਾ ਦੋ, 1300 ਕਰ ਦੋ। 1300 ਨਾਲ ਦੇ ਪਿੰਡਾਂ ਚ 1300 ਕਈ ਕਈ ਟਾਈਮ ਸਾਲ ਦਾ ਚੱਲਦਾ ਜੀ ਆਪਣੇ ਤਾਂ। ਐਤਕੀ ਹੋਇਆ ਚੱਲ, ਚਲੋ ਫਿਰ ਮਸ਼ੀਨ ਦਾ 1300 ਕਰਦੇ ਨੇ, ਰੀਪਰ ਦਾ
ਮਸ਼ੀਨ ਦਾ ਨਾ ਨਾ ਰੀਪਰ ਦਾ 1300 ਕਰ ਦੋ ਜੀ ਹਾਂ ਮਸ਼ੀਨ ਦਾ ਕਿ 12 1250 ਨੂੰ ਚੱਲੀ ਜਾਊਗੀ ਹਾਂ ਜੀ ਮਸ਼ੀਨ ਦਾ ਚਲੋ ਮਸ਼ੀਨ ਦਾ ਕਰ ਲਾਂਗੇ ਆਪਾਂ 100 ਰੁਪਏ 50 ਰੁਪਏ ਇਕੱਠੇ ਹੁੰਦੇ ਨੇ ਜੀ ਕਿੱਲੇ ਦੇ ਮਸ਼ੀਨ ਦਾ 1200 ਯਾਨੀ ਰਿਪੇਅਰ ਤੇ ਜਹੀ ਸਾਡਾ ਵੱਧਾ ਇਤਕੀ ਖਰਚਾ ਹੋਇਆ 100 ਰੁਪਏ ਇਤਕੀ ਮਸ਼ੀਨ ਦਾ ਵਧਾ ਦੋ ਮਸ਼ੀਨ ਦਾ 1200 ਕਰ ਦਈਏ ਮਸ਼ੀਨ ਦਾ 1200 ਕਰ ਦੋ ਸਰ 500 ਚਲੋ ਮਸ਼ੀਨ ਦਾ 1200 ਰਿਹਾ ਫਿਰ ਰੀਪਰ ਦਾ 1300 ਹਾਂ ਇਹਨਾਂ ਦੀ ਲੇਬਰ ਦਾ ਰਿਹਾ 375 ਐ ਕਰੋ ਫਿਰ ਆਪਾਂ ਐ ਕਰਦੇ ਆ ਆਪਾਂ ਨੂੰ ਕਿਹੜਾ ਲੇਬਰ ਮਿਲੀ ਹੋਈ ਆ ਆਪਾਂ ਬਿੱਟੂ ਨੂੰ ਸਾਈ ਦੇ ਦਾਨੇ ਆ ਹਾਂ ਇਹਨੂੰ ਸਾਈ ਦੇ ਦੇ ਫਿਰ ਤੂੰ ਦੇ ਇਹਨੂੰ ਸਾਈ ਬਿੱਟੂ ਭਾਈ ਮਸ਼ੀਨ ਤਾਂ ਆਪਣੀ ਚੱਲਦੀ ਆ ਪਰਸੋਂ ਦੀ ਰੀਪਰ ਕੱਲ ਨੂੰ ਚਲਾਵਾਂਗੇ ਆਪਣੇ ਬੰਦਿਆਂ ਨੂੰ ਕਰ ਲਾ ਕੈਮ ਠੀਕ ਆ ਕੱਲ ਨੂੰ ਆ ਜਾਓ ਬਸ ਆਈਓ ਸਮਝ ਆ ਤੁਸੀਂ ਪਹਿਲੇ ਚੱਕਰ ਭੁੱਲ ਗਏ ਹਾਂ ਠੀਕ ਆ ਠੀਕ ਆ ਤੇ ਮੈਂ ਇੱਕ ਫੋਟੋ ਬਣਾ ਕੇ ਗਰੁੱਪ 'ਚ ਪਾ ਦਿੰਦਾ ਹੁਣ ਅੱਗੇ ਵੀ ਤੁਸੀਂ ਭੇਜ ਦਿਓ ਆਪਣੇ ਸਾਰੇ ਜਿੰਨੇ ਆਪਣੇ ਪਿੰਡ ਦੇ ਕੰਪਾਈਨ ਵਾਲੇ ਰੀਪਰ ਵਾਲੇ ਨੇ ਸਾਰਿਆਂ ਨੂੰ ਵੀ ਜਿਹੜਾ ਇਹ ਰੇਟ ਤੋਂ ਵੱਧ ਜਾਂ ਘੱਟ ਰੇਟ ਕਰੂਗਾ ਜੁਰਮਾਨਾ ਰੱਖੋ 25000 ਰੁਪਏ ਜੁਰਮਾਨਾ ਲਾਵਾਂਗੇ ਹਾਂ ਜੀ ਹਾਂ ਤੁਸੀਂ ਆਪਣਾ ਕਹਿ ਰਹੇ ਹੁਣ ਸਭ ਨੂੰ ਠੀਕ ਆ ਠੀਕ ਆ ਪੰਚੋ ਜੀ ਕਹਿੰਦੇ ਬਿਟੂ ਐ ਕਰੀ ਆ ਜੀ ਤੜਕੇ ਹੈ ਬੰਦੇ ਲੈ ਕੇ ਫਿਰ ਚਾਹ ਚੂਹ ਬਣਾ ਕੇ ਰੱਖਾਂਗੇ ਚਲੋ ਆਪਣੇ ਪਿੰਡ ਦੇ ਬੰਦੇ ਇਹੋ ਜਿਹੇ ਹੀ ਨੇ ਜੀ ਘੱਟ ਵੱਧ ਕਰਕੇ ਮਿੰਟ ਲਾਉਂਦੇ ਨੇ ਚਲਾਉਣ ਨੂੰ ਕੋਈ ਨਾ ਕੋਈ ਆਪਾਂ 25000 ਜੁਰਮਾਨਾ ਰੱਖਾਂਗੇ ਵਾਹ ਕੋਈ ਨਹੀਂ ਚਲੋ ਠੀਕ ਆ ਜੀ ਠੀਕ ਆ ਚੰਗਾ ਧੰਨਵਾਦ ਜੀ ਤੁਹਾਡਾ ਆ ਜੀ ਬਿਟੂ ਫਿਰ ਹੈ ਕੋਈ ਨਾ ਜੀ ਵੀਰੇ ਹਾਂ ਆ ਸਰਪੰਚ ਦੇ ਵੀ 40 ਕਿੱਲੇ ਨੇ ਕਣਕ ਦੇ ਆਪਾਂ ਇਹਨੂੰ ਪੁੱਛ ਲਾਂ ਨੇ ਇਹਦੀ ਨਾਲੇ ਕਣਕ ਵੱਢਾਂਗੇ ਨਾਲੇ ਕਰਾਂਗੇ ਤੂੜੀ ਪੁੱਛ ਲਾ ਫਿਰ ਨਾਲੇ ਬੁਲਾਇਆ ਨੇ ਅੱਜ ਆਪਾਂ ਹੋਰ ਦੋ ਟੱਕ ਨੇ 20 ਕਿੱਲੇ ਦੇ ਨਜ਼ਾਰਾ ਆ ਜਾਊਗਾ ਮਸ਼ੀਨ ਚਲਾਉਣ ਦਾ ਵੀ ਸਹੀ ਗੱਲ ਹੈ ਤਾਂ ਤੇਰੀ ਚੱਲ ਪੁੱਛ ਲੈਨੇ ਫਿਰ ਆ ਜਾ ਪੁੱਛ ਲੱਗਿਓ ਖੜਿਆ ਦੇਖੋ ਪੈ ਗਈ ਫੋਟੋ ਵਧੀਆ ਜੀ ਵਧੀਆ ਪੈ ਗਈ ਹਾਂ ਪੰਨ ਸਾਹਿਬ ਕਿਵੇਂ ਆ ਕੀ ਹੋ ਗਿਆ ਕੰਮ ਜਾਤੀ ਦੱਸ ਦਿੱਤਾ ਮਹਾ ਤੁਸੀਂ ਵੀ ਸਾਤੋਂ ਹੀ ਪੜਾ ਲਿਓ ਜੀ ਐਤਕੀ ਕਣਕ ਨਾਲੇ ਤੂੜੀ ਕਰ ਦਾਂਗੇ ਤੁਹਾਡੀ ਯਾਰ ਆਪਣੇ ਰਿਸ਼ਤੇਦਾਰਾਂ ਕੋਲ ਨਾਲੇ ਕਪੈਨ ਨਾਲੇ ਰੀਪਰ ਉਹੀ ਕਰਕੇ ਜਾਂਦੇ ਹੁੰਦੇ ਉਹ ਯਾਰ ਕਿੱਥੋਂ ਆਉਣਗੇ ਏਡੀ ਦੂਰੋਂ ਤੁਸੀਂ ਸਾਤੋਂ ਪੜਾ ਲਿਓ ਪੜਾ ਤਾਂ ਥੋਤੋਂ ਲੈਂਦੇ ਫਿਰ ਆਪਣਾ ਨਾ ਰੇਟ ਤਾਂ ਹੁੰਦਾ ਨਾ ਚੱਕਰ ਉਹਨਾਂ ਦਾ ਥੋੜਾ ਰੇਟ ਹੁਣ ਜਿੰਨਾ ਬੰਨੇ ਤੁਸੀਂ ਉਹ ਰੇਟ ਤੇ ਵੜਦਾਂਗੇ ਲੈ ਕਮਾਲ ਕਰਦਾ ਮੇਰਾ 40 ਕਿੱਲੇ ਦਾ ਟੱਕ ਇਕੱਠਾ ਕਿੱਥੇ ਮਿਲਦਾ ਨਾਲੇ ਤਾਂ ਜੀ ਤੁਸੀਂ ਜੁਰਮਾਨਾ ਕਰਤਾ 25000 ਰੁਪਇਆ ਫਿਰ ਉਹ ਸਾਨੂੰ ਭਰਨਾ ਪਊਗਾ 25000 ਰੁਪਇਆ ਜੇ ਪਤਾ ਲੱਗ ਗਿਆ ਕਿਸੇ ਨੂੰ ਸਰਪੰਚ ਤਾਂ ਮੈਂ ਜੁਰਮਾਨਾ ਤਾਂ ਮੈਂ ਹੀ ਲਾਉਣਾ ਕਿਹੜਾ ਲਾ ਦੂ ਤੁਹਾਨੂੰ ਮੇਰੇ ਹੁੰਦੇ ਜੁਰਮਾਨਾ ਸਰਪੰਚ ਨਹੀਂ ਲਾਉਣਾ ਜੁਰਮਾਨਾ ਵੀ ਹੋਰ ਚਲੋ ਸਰਪੰਚ ਸਾਹਿਬ ਤੁਸੀਂ ਕਰ ਲੈਣੇ ਕੋਈ ਨਾ ਕਰ ਲੈਣੇ ਕਪੜਾ ਤਾਂ ਘੱਟ ਹੁੰਦਾ ਉਹਨਾਂ ਨੂੰ 100 ਰੁਪਈਆ ਚਲੋ ਫਿਰ ਆਪਾਂ ਵੜਦਾਂਗੇ ਇਹਨੇ ਨੂੰ ਮੇਰੀ ਗੱਲ ਸੁਣੋ ਉਹਨੂੰ ਕੀ ਮਾੜਾ 100 ਘੱਟ ਦੇਣਾ ਸਾਰੇ ਪਿੰਡ ਤੋਂ ਬਾਅਦ ਕਰ ਦਿਓ ਇਹ ਮੇਰੀ ਤੂੜੀ ਵੱਢ ਪਹਿਲਾਂ ਦਿਓ ਕੋਈ ਨਾ ਜੀ ਠੀਕ ਹੈ ਜੀ ਕਰ ਦਾਂਗੇ ਤੁਹਾਡੀ ਤੂੜੀ ਵੀ ਕਰ ਲਓ ਸੁਣੋ ਗਾਹਾਂ ਨਾ ਭਾਫ ਕੱਢ ਦਿਓ ਕਿਤੇ ਸਰਪੰਚ ਦੀ ਸਾਰੇ ਪਿੰਡ 'ਚ ਵੇਚ ਦਿਓ ਰੀਪਰ ਦਾ ਹੀ ਮਾੜਾ ਆ 50 ਕੇ ਘਟਾਇਓ ਮਤਲਬ ਫਿਰ ਸਾਨੂੰ ਕੁਝ ਬਚਣਾ ਜੀ ਫਿਰ ਯਾਰ ਫਾਇਦਾ ਕੀ ਹੋਇਆ ਚੱਲ ਕੋਈ ਨਾ ਵੀਰੇ ਵੱਢ ਦਾਂਗੇ ਠੀਕ ਆ ਠੀਕ ਆ ਵੀਰੇ ਦੱਸ ਦੀ ਦੋ ਦਿਨ ਪਹਿਲਾਂ ਸਾਨੂੰ ਨਜ਼ਾਰਾ ਆ ਗਿਆ ਕਿੰਨਾ ਕੁ ਰਹਿ ਗਿਆ ਬਾਈ ਕੰਮ ਪਤਾ ਹੋ ਗਿਆ ਮੈਨੂੰ ਆਏ ਸਮਝ ਨਹੀਂ ਆਉਂਦੀ ਹੈਗੀ ਸੱਤੇ ਖਾਲੀ ਕਰਿਆ ਤੂੜੀ ਦੀ ਪਲੇਟ ਤਿੰਨ ਤੋੜ ਲਿਆ ਪਤੰਦਰ ਉਹ ਕਾਹਨੂੰ ਯਾਰ ਅੱਜ ਆ ਸੜਕ ਜੀ ਬਣਾਈ ਆ ਇੱਥੇ ਸੜਕ ਵਾਲਿਆਂ ਨੇ ਪੱਥਰ ਪੁੱਥਰ ਸੜਦੇ ਇੱਥੇ ਜਾ ਕੇ ਦੇਖ ਕੇ ਚਲਾਇਆ ਕਰ ਹੋਰ ਇਹੀ ਤਾਂ ਆਪਣਾ ਰੋਜ਼ਗਾਰ ਆ ਮੇਰਾ ਹੋਰ ਮਸ਼ੀਨ ਚੱਲਦੀ ਆ ਵਧੀਆ ਬਾਈ ਹਾਂ ਮਸ਼ੀਨ ਉੱਧਰ ਵਧੀਆ ਚੱਲਦੀ ਆ ਐਂ ਕਰੀ ਡਰਾਈਵਰਾਂ ਦੀ ਚਾਹ ਲੈ ਜੀ ਚੰਗਾ ਵਾ ਕੋਈ ਨਾ ਬਾਈ ਫਿਰ ਆਪਾਂ ਨੇ ਵੀ ਵੱਢਣੀ ਹੋ ਕਣਕ ਆਪਣਾ ਵੀ ਨੇਰਾ ਸਵੇਰਾ ਕਰਕੇ ਆਪਣੀ ਵੱਢ ਲਓ ਉੱਧਰ ਟਿੱਕੜੀ ਰਹਿ ਗਈ ਆ ਤਾਂ ਰਾਤ ਨੂੰ ਵੱਢ ਲਾਂਗੇ ਨਾਲੇ ਲਾਂਗਾ ਵਧੀਆ ਖੜ ਲਓ ਨਾਲੇ ਆਪਣੀ ਤੂੜੀ ਵਧੀਆ ਬਣ ਜੂ ਹਾਂ ਹਾਂ ਠੀਕ ਆ ਮੈਂ ਐ ਕਰੀ ਸੱਤੇ ਆ ਕਰੋਸਾਂ ਨੂੰ ਮੜਾ ਕਲੀਸ ਮਾਰਦੀ ਆ ਵੀਰੇ ਰੀਲ ਨੂੰ ਲਾਦਾ ਮੈਂ ਤੇਲ ਮੜਾ ਜਾਂ ਫਿਰ ਮਾਰਨਾ ਨਾ ਕੀ ਹਾਲ ਆ ਵੀਰੇ ਹੋਰ ਦਿਨ ਤਾਂ ਕੀ ਹਾਲ ਨੇ ਵਧੀਆ ਵੀਰੇ ਕੀ ਗੱਲ ਚਾਚੀ ਅਸੀਂ ਕਾਲ ਹੋਰ ਕੀ ਹਾਲ ਆ ਕੋਈ ਵਧੀਆ ਵਧੀਆ ਕਿੱਧਰ ਕਰਦੇ ਹੋ ਬਾ ਮਸ਼ੀਨ ਨੂੰ ਆਏ ਤੀ ਵੀਰੇ ਤਿਆਰ ਆ ਮਸ਼ੀਨ ਕੱਲ ਨੂੰ ਵੱਢਣੀ ਆਪਾਂ ਨੇ ਮਸ਼ੀਨ ਤਾਂ ਆਪਣੀ ਚੱਲਦੀ ਆ ਅੱਛਾ ਬਾਈ ਕੱਲ ਨੂੰ ਆਪਣਾ ਉਹ ਚਕੋਹੀ ਜਾਣਾਂ ਦੇ ਕਹਿੰਦੇ ਤੇ 5 ਕਿੱਲੇ ਉਹਨਾਂ ਦੇ ਵੱਢਣ ਵਾਲੇ ਨੇ ਕੱਲ ਨੂੰ ਫਿਰ ਉਹਨਾਂ ਦੀ ਵੱਢ ਕੇ ਲਾ ਦਾਂਗੇ ਇਹਨਾਂ ਦੇ ਬਾਈ ਦੇਖ ਲਓ ਮੜਾ ਜੇ ਕੱਲ ਨੂੰ ਉਹਨਾਂ ਦੇ ਨੇ 5 ਕੋਈ ਨਾ ਪਹਿਲਾਂ ਵੱਢ ਦੇ ਉਹਨਾਂ ਦੀ ਸਵੇਰੇ ਵੱਢ ਕੇ ਉਹਨਾਂ ਦੇ ਵੱਢ ਕੇ ਇੱਧਰ ਲਾ ਦੇ ਠੀਕ ਆ ਕਿੰਨੇ ਕਿੱਲੇ ਨੇ ਆਪਣੇ ਆਪਣੇ 5 ਕਿੱਲੇ ਵੱਢਣ ਵਾਲੇ ਨੇ ਨਾਲੇ ਅਸੀਂ ਜਾਨੂ ਡੰਗਰ ਪੱਛੇ ਦਾ ਨਮੇੜ ਦਾਂਗੇ ਕੰਮ ਹਾਂ ਹਾਂ ਜਾਨੂ ਨਾਲੇ ਰੇਟ ਬਾਰੇ ਤਾਂ ਪਤਾ ਹੀ ਹੋ ਤੁਹਾਨੂੰ ਰੇਟ ਕਿਵੇਂ ਰੇਟ ਕੱਢਿਆ ਸਰਪੰਚ ਨੇ ਲਿਸਟ ਸਰਪੰਚ ਨੇ ਲਿਸਟ ਜਾਰੀ ਕਰਤੀ ਵੀਰੇ ਰੇਟ ਦੀ ਸਭ ਕਾਸੇ ਦੀ ਕੱਲ ਬੁਲਾਏ ਨੇ ਸਾਰੇ ਆਪਣਾ ਮਸ਼ੀਨ ਵਾਲੇ ਰੀਪਰ ਵਾਲੇ ਸਾਰੇ ਬੁਲਾਏ ਨੇ ਫੋਨ 'ਚ ਤਾਂ ਆ ਗਿਆ ਉਹ ਤੁਹਾਡੇ ਕੋਲ ਉਹ ਫੋਨ ਯਾਰ ਬਾਪੂ ਨੇ ਹਲੇ ਲੈ ਕੇ ਦਿੰਦਾ ਤਾਂ ਤੀ ਉਹ ਲਿਸਟ ਜਾਰੀ ਕਰੀ ਹੋਈ ਆ ਯਾਰ ਆਪਣੇ ਪਿੰਡਾਂ ਦੀ 1200 ਨੂੰ ਤਾਂ ਕਪੈਨ ਦਾ ਰੇਟ ਨਿਕਲਿਆ ਕਿੱਲੇ ਦਾ 1300 ਨੂੰ ਟਰਾਲੀ ਦਾ ਨਿਕਲਿਆ ਰੀਪਰ ਦਾ ਬਾਪੂ ਨਾਲੇ ਗੱਲ ਕਰ ਲਓ 375 ਰੁਪਏ ਵੀਰੇ ਲੇਬਰ ਵਾਲੇ ਮੰਗਦੇ ਨੇ ਲੇਬਰ ਵਾਲਿਆਂ ਦਾ ਚਾਚੇ ਉਹਨੇ ਆਪ ਕਰਿਆ ਰੇਟ ਇੱਕਾ ਕਰ ਸਰਪੰਚ ਨੇ ਉਹਨਾਂ ਨੇ ਸਾਰਿਆਂ ਨੇ ਇੱਕਾ ਕਰ ਲਿਆ ਆਪਣੇ ਪਿੰਡ ਹੋਰ ਸਾਰੀ ਉਹ ਲੇਬਰ ਵਾਲਿਆਂ ਨੇ ਇੱਕਾ ਕਰ ਲਿਆ ਕਹਿੰਦੇ ਵੀ 375 ਰੁਪਏ ਤੋਂ ਘੱਟ ਟਰਾਲੀ ਆਪਾਂ ਨੇ ਅੰਦਰ ਪਾਉਣੀ ਨਹੀਂ ਹੈਗੀ ਕੁੱਪਰਾ ਸੁਣ ਲਾ ਕੁੱਪਰਾ 450 ਕਰ ਲਿਆ ਬਾਪੂ 1100 ਕਹਿੰਦੇ ਨਹੀਂ ਕਹਿੰਦੇ ਅਸੀਂ ਹੋਰ ਦੀ ਲਿਆਵਾਂਗੇ ਮਸ਼ੀਨ ਵੱਢਣੀ ਵੱਢ ਦੋ
ਦੇਖੋ ਵੀ ਤੁਹਾਨੂੰ 1100 ਰੁਪਏ ਦਾ ਰੇਟ ਪੁੱਗਦਾ ਤਾਂ ਠੀਕ ਆ ਨਹੀਂ ਆਦੀ ਹੋਰ ਲਾ ਦਾਂਗੇ ਕਿੰਨੇ ਚਾਚਾ ਜੀ ਹੁਣ ਉਹਨੇ ਰੇਟ ਬੰਨਤਾ ਹੁਣ ਉਹ ਕਹਿੰਦਾ ਵੀ 25000 ਜੁਰਮਾਨੇ ਦਾ ਕਿਹਾ ਉਹਨੇ ਜੁਰਮਾਨਾ ਕੋਈ ਨਹੀਂ ਹੈਗਾ ਇੱਥੇ ਇਹ ਸਭ ਅੰਦਰੋਂ ਕਦੀ ਸਭ ਚੱਲੂਗਾ ਚੱਲ ਆ ਬਾਪੂ ਜਲਦੀ ਆ ਚੱਲਦਾ ਹੈਗਾ ਅਸੀਂ ਗਾਹਾਂ ਗੱਲ ਨਹੀਂ ਕਰਦੇ ਜੇ ਦੋ ਨਹੀਂ ਨਹੀਂ ਸਾਨੂੰ ਨਹੀਂ ਪੁੱਗਦਾ ਹੈਗਾ ਫਿਰ ਅਸੀਂ ਦੂਏ ਤੋਂ ਵਧਾ ਲੈਨੇ ਆ ਸਾਡੇ ਪੈਸੇ ਰਿਪੇਅਰ ਤੇ ਬਹੁਤ ਲੱਗ ਜਾਂਦਾ ਲੱਖ ਰੁਪਿਆ ਲਾਈ ਖੜੇ ਸੀ ਰਿਪੇਅਰ ਤੇ ਯਾਰ ਚੱਲ ਬੱਤੋ ਚੱਲ ਚੱਲ ਬਾਜਾ ਤੇ ਉਹ ਸਾਮੀਆਂ ਗਾਲੀ ਜਾਂਦਾ ਯਾਰ ਆਪਾਂ ਨੂੰ ਕੀ ਆਪਾਂ ਇਹਨਾਂ ਨੂੰ ਕਹਿ ਦਾਂਗੇ ਵੀ ਗਾਹਾਂ ਨਾ ਦੱਸਿਓ ਆਪਾਂ ਰੇਟ ਘਟਾ ਵਧਾ ਕੇ ਲਾ ਦਿੰਦੇ ਆ ਸੱਤੇ ਕੁਛ ਨਹੀਂ ਹੁੰਦਾ ਹੈਗਾ ਆਪਾਂ ਨੇ ਚਲਾਉਣਾ ਹੀ ਆ ਕਿੰਨਾ ਖਰਚਾ ਕਰਿਆ ਆਪਾਂ ਨੇ ਬਹੁਤ ਖਰਚਾ ਤਾਂ ਹੀ ਤਾਂ ਮੈਂ ਕਹਿਣਾ ਵੀ ਕੁਛ ਨਹੀਂ ਬਚਦਾ ਹੈਗਾ ਕੱਢਣ ਪਾਉਣ ਕੁਛ ਨਹੀਂ ਹੁੰਦਾ ਯਾਰ ਦੇਖੀ ਜਾਓ ਹੁਣ ਉਹ ਬਾਈ ਆ ਜਾਓ ਯਾਰ ਕੋਈ ਆ ਜਾਓ ਯਾਰ ਤੰਦਰ ਅਸੀਂ ਤਾਂ ਹੁਣ ਜਾਣੇ ਲੱਗੇ ਦੀ ਬਸ ਚੱਲ ਕਰ ਲਾਂਗੇ ਆਪਾਂ ਫਿਰ ਗਾਹਾਂ ਨਾ ਯਾਰ ਪਿੰਡ ਚ ਹੋਰ ਕਿਸੇ ਨਾਲ ਗਾਹਾਂ ਗੱਲ ਨਹੀਂ ਕਰਦੇ ਅਸੀਂ ਹਾਂ ਕਿਸੇ ਤੱਕ ਗੱਲ ਨਾ ਪਹੁੰਚੇ ਚੱਲ ਯਾਰ 1100 ਨੂੰ ਪੜਦਾ ਹੈ ਹੁਣ ਕੱਲ ਨੂੰ ਲਾ ਦਾਂਗੇ ਤੁਹਾਡੇ ਮਿਸਟਰ ਕੱਲ ਨੂੰ ਲਾ ਦਿਓ ਫਿਰ ਤੂੜੀ ਵੀ ਤੁਸੀਂ ਉਹ ਕਰਦੇ ਉਹਦਾ ਵੀ ਕਰ ਲਓ ਰੇਟ ਠੀਕ ਆ ਚੱਲ ਤੂੜੀ ਦਾ ਵੀ ਫਿਰ ਕਰ ਲਾਂਗੇ ਚੱਲ 100 ਰੁਪਏ ਯਾਰ ਉਹਦਾ ਘੱਟ ਦੇ ਦਿਓ ਟਰਾਲੀ ਮੰਗ ਹਾਂ ਚੱਲ ਠੀਕ ਆ ਚੱਲ ਆ ਬਾਪੂ ਚੱਲੀਏ ਕੁੱਪ ਕੱਪ ਤਾਂ ਨਹੀਂ ਬੰਨਣਾ ਹੈਗਾ ਨਾ ਨਾ ਅੰਦਰੇ ਪਾਉਣੀਆਂ ਵੀਰੇ ਜੇ ਕੁੱਪ ਬੰਨਣਾ ਹੋਊਗਾ ਤੇ 50 ਰੁਪਏ ਅੱਡ ਹੋਣਗੇ ਤੂੜੀ ਨੂੰ ਨਾ ਫਿਰ ਕਿਸੇ ਨੂੰ ਕਹੇ ਹੁਣ ਕੋਈ ਨਾ ਕੋਈ ਨਾ ਤੂੜੀ ਜਦ ਮਰਜ਼ੀ ਕਰਦੇ ਸਾਡੀ ਚੱਲ ਆ ਚੱਲੀਏ ਬਾਪੂ ਬਹਿ ਜਾ ਚੰਗਾ ਜੀ ਐਦਕੀ ਤਾਂ ਬਾਈ ਔਖਾ ਹੀ ਲੱਗਦਾ ਮੈਨੂੰ ਕਰ ਦੇਣ ਕਰ ਲਓ ਇੱਕ ਆਪਣਾ ਯਾਰ ਇੱਕ ਹੈ ਉਹ ਨਹੀਂ ਕਿਸੇ ਦਾ ਨਾ ਕਿਸੇ ਦਾ ਮਸ਼ੀਨ ਵਾਲੇ ਦਾ ਇੱਕ ਨਾ ਜੱਟਾਂ ਦਾ ਇੱਕ ਆ ਦੇਖ ਲੈ ਬਾਈ ਹੁਣ ਤੇਰੇ ਕਹੇ ਤੇ ਹੁਣ ਇਹਨਾਂ ਨੂੰ ਤਾਂ ਆਪਾਂ ਨੇ 100 ਰੁਪਇਆ ਚੱਲ ਕਹਿਤਾ ਟਰਾਲੀ ਮਗਰ ਵੀ ਕਹਿਤਾ ਹੁਣ ਲੇਬਰ ਵਾਲੇ ਨਹੀਂ ਤੇਰੇ ਘੱਟ ਕਰਦੇ 5 ਰੁਪਏ ਵੀ ਜੇ ਤੈਨੂੰ ਐ ਹੋਵੇ ਵੀ ਉਹਨਾਂ ਨੂੰ 370 ਦਾ ਹਿਸਾਬ ਕਰ ਦੇਗਾ ਉਹ ਤਾਂ ਪੂਰੇ ਭਾੜਨਗੇ ਤੇ ਆਇਆ ਫਿਰ ਯਾਰ ਖੜਾ ਹੀ ਰਹੂਗਾ ਫਿਰ ਇਹਨਾਂ ਨੇ ਵਧਾਉਣੀ ਨਹੀਂ ਹੈਗੀ ਹੋਰ ਕੋਈ ਲਿਆ ਕੇ ਲਾ ਦੂ ਜੇ ਆਪਾਂ ਨਹੀਂ ਵਧਾਂਗੇ ਹੁਣ ਇੱਕਾ ਤਾਂ ਹੈ ਨਹੀਂ ਕਿਸੇ ਚ ਜ਼ਿਆਦਾ ਫਿਰ ਹੋਰ ਮਸ਼ੀਨ ਵਾਲੇ ਵੀ ਉਰੇ ਆ ਕੇ ਆਪਣੇ ਨਾਲ ਸਲਾਹ ਕਰਨ ਕਹਿਣ ਹੁਣ ਯਾਰ ਸਰਪੰਚ ਨਹੀਂ ਪਿੰਡ ਦਾ ਮੋਤਬਰ ਬੰਦਾ ਜਦ ਉਹਨੇ ਹੀ ਕਹਿਤਾ ਹੁਣ ਉਹੀ ਕਹੇ ਸਾਰਿਆਂ ਨੂੰ ਉਹੀ ਤਾਂ ਗੱਲ ਜਦੋਂ ਆਪਣੀ ਘੱਟ ਰੇਟ ਨਾਲ ਵਧਾ ਰਿਹਾ ਹੈ ਹਨਾ ਫਿਰ ਉਹ ਪਿੰਡ ਦਾ ਕੀ ਸੁਧਾਰ ਕਰੂ ਫਿਰ ਯਾਰ ਉਹਨੂੰ ਕੀ ਲੋੜ ਤੀਗੀ ਆਪਣੇ ਨਾਲ ਉਹਨੇ ਵੀ ਰੇਟ ਕਰ ਲਿਆ ਇਹਨਾਂ ਨੇ ਵੀ ਰੇਟ ਕਰ ਲਿਆ ਮੈਨੂੰ ਨਹੀਂ ਲੱਗਦਾ ਪੂਰੇ ਰੇਟ ਤੇ ਕੋਈ ਵਧਾਊਗਾ ਆਪਾਂ ਤੇ ਕੀ ਲਾਉ ਸੱਤੇ ਕੋ ਨਹੀਂ ਹੁੰਦਾ ਹੁਣ ਆਪਾਂ ਖੜਾ ਵੀ ਨਹੀਂ ਸਕਦੇ ਨਾ ਦੋਏ ਸੰਦ ਚੱਲ ਬਾਈ ਚੱਲੀ ਜਾਓ ਇੱਕਣੇ ਦਾ ਬਕੜੀ ਸੇ ਤਾਂ ਕੀ ਹਾਲ ਆ ਵੀਰੇ ਸਤਿੰਦਰ ਕਿਵੇਂ ਆ ਵਧੀਆ ਜੀ ਵਧੀਆ ਉਹ ਵੀ ਚਾਚਾ ਜੀ ਠੀਕ ਆ ਭਾਈ ਐਵੇਂ ਸਿੱਧਾ ਹਾਂ ਕਿਵੇਂ ਫਿਰਦੇ ਅੱਜ ਘੁੰਮਦੇ ਬਾ ਘੁੰਮਦੇ ਕੀ ਦੱਸੀਏ ਪੜ੍ਹ ਲਈ ਕਣਕ ਵੱਟ ਲਈ ਕੁਛ ਬਾਕੀ ਤੂੜੀ ਕਰਨੀ ਆ ਯਾਰ ਤੈਨੂੰ ਪਤਾ ਨਹੀਂ ਉਹ ਆਪਣੇ ਪਿੰਡ ਵਾਲੀ ਪੰਚਾਇਤ ਨੇ ਤੇਜੀ ਉਹਨਾਂ ਨੇ ਕੀ ਕਰਤਾ ਆ ਰੇਟ ਬੰਨਤੇ 1300 ਤਾਂ ਰੀਪਰ ਦਾ ਬੰਨਤਾ ਅੱਛਾ 1200 ਬੰਨਤਾ ਕਣਕ ਵਢਾਈ ਦਾ ਮਸ਼ੀਨ ਦਾ 375 ਰੁਪਇਆ ਲੇਬਰ ਦਾ ਹੁਣ ਆਪਣਾ ਕੁਛ ਨੀ ਦੇਖ ਲਾ ਐ ਨੀ ਬੰਨਿਆ ਉਹਨਾਂ ਨੇ ਵੀ ਤੂੜੀ ਵੀ 4000 ਨੂੰ ਟਰਾਲੀ ਵਿੱਚ ਜਾਂ 3500 ਨੂੰ ਤਾਂ ਆਪਾਂ ਨੂੰ ਬਚੂ ਕੁਛ 1300 ਤਾਂ ਹੋ ਗਿਆ ਇਹਦਾ ਰੇਟ ਹਾਂ 700 ਰੁਪਏ ਦਾ ਲਾਣ ਕੀਲੇ ਦਾ ਮਿਲਦਾ 2000 ਦਾ ਹੀ ਪੈ ਗਿਆ ਚੱਲ ਬਹੁਤ ਮਹਿੰਗਾ ਹੋ ਗਿਆ ਬਹੁਤ ਇਹਦਾ ਹੁਣ ਇਹਨਾਂ ਤਾਂ ਆਪਣੇ ਰੇਟ ਬੰਨਤੇ ਪਈ ਹੁਣ ਦੇਖੋ ਆਪਾਂ ਆਪਸ ਚ ਮਿਲ ਕੇ ਰਹੋ ਹੁਣ ਸਭ ਨੂੰ ਜੁੜ ਕੇ ਚੱਲਣਾ ਪਊਗਾ ਬਿਲਕੁਲ ਆਪਾਂ ਆਪਣੀ ਨਾ ਟਰਾਲੀ ਦਾ ਰੇਟ ਰੱਖੋ 3500 ਰੁਪਇਆ 3500 ਤਾਂ ਜਾਇਜ਼ ਆ ਹਾਂ 3500 ਤਾਂ ਹੁਣ ਜਾਇਜ਼ ਆ ਤਾਂ ਹੀ ਬਚੂ ਉਸ ਬਾਪੂ ਜਦ ਆਪਾਂ ਕਿਰਾਈ ਦਾ ਇੰਨਾ ਖਰਚਾ ਦਿੰਨੇ ਆ ਹਾਂ ਫਿਰ ਆਪਾਂ ਨੂੰ ਵੀ ਤਾਂ ਮਾੜਾ ਮੋਟਾ ਪੱਲੇ ਪੈਣਾ ਚਾਹੀਦਾ ਪੱਲੇ ਤਾਂ ਨਿਕਾਲ ਤਾਂ ਰਹੇ ਹੀ ਨਹੀਂ ਹੋਰ ਕੋਈ ਉਹ ਪੱਲੇ ਪਊ ਜਿਹੜੀ ਪਊਗਾ 6 ਮਹੀਨੇ ਹੋ ਗਏ ਪਾਲਦਿਆਂ ਨੂੰ ਠੇਕਾ ਕਿੰਨਾ ਮਹਿੰਗਾ ਹੋਇਆ ਪਿਆ ਹੋਰ ਬਾਬਾ ਜੀ ਗੱਲ ਇੱਕ ਰੱਖੀ ਹਾਂ ਚਾਹੇ ਤੇਰੇ ਕੋਲ ਕੋਈ ਆ ਜੇ ਠੀਕ ਹੈ ਚਾਹੇ ਗਾਹਕ 5 ਟਰਾਲੀਆਂ ਵਾਲਾ ਚਾਹੇ 10 ਵਾਲਾ 3500 ਤੋਂ ਨਹੀਂ ਘਟਣਾ ਮੈਂ ਨਹੀਂ ਦਿੰਦਾ ਹੈਗਾ ਵਾ ਤੁਸੀਂ ਆਪਣਾ ਰੱਖਿਓ ਹਿਸਾਬ ਕਿਤਾਬ ਬਣਾ ਅਸੀਂ ਵੀ ਨਹੀਂ 3500 ਤੋਂ ਘਟਦੇ 3500 ਤੋਂ ਘਟ ਨਹੀਂ ਦਿੰਦੇ ਹੈਗੇ ਠੀਕ ਆ ਨਾਲੇ 4 ਪੈਸੇ ਤੇਰੇ ਬਣ ਜਾਣਗੇ ਨਾਲੇ ਸਾਡੇ ਬਿਲਕੁਲ ਬਿਲਕੁਲ ਆ ਲੇਬਰ ਵਾਲਿਆਂ ਦਾ ਇੱਕ ਆ ਦੇਖ ਲੈ ਬਾਈ ਮਿੰਟ 'ਚ 375 ਦਾ ਰੇਟ ਬਣਨਗੇ ਇੱਕੇ ਨਾਲੇ ਉਹਨਾਂ ਦਾ ਹਾਂ ਤਾਂ ਹੀ ਅਡੇ ਨੇ ਉਹ ਫਿਰ ਚਾਚਾ ਜਿਹੜੇ ਬਾਹਰਲੀ ਟਰਾਲੀਆਂ ਵੇਚ ਕੇ ਰੇਟ ਤੋੜਦੇ ਨੇ ਆ ਕੇ ਪਿੰਡ ਬਾਹਰਲੀਆਂ ਟਰਾਲੀਆਂ ਕਰੋ ਪਿੰਡ 'ਚੋਂ ਬੰਦ ਹਾਂ ਹਾਂ ਇਹ ਪਿੰਡ 'ਚ ਨਹੀਂ ਬਣਨੀਆਂ ਚਾਹੀਦੀਆਂ ਇਹਨਾਂ ਦਾ ਰੋਕੋ ਇਹਦਾ ਰੇਟ ਬਹੁਤ ਤੋੜ ਦਿੰਦੇ ਆ ਕੇ ਆ ਫਿਰ ਨਹੀਂ ਤਾਂ ਬਹੁਤ ਕੰਮ ਖੁੱਲ ਜੂਗਾ ਆਪਣਾ ਹੁਣ ਨਾਲੇ ਲਾਕਡਾਊਨ ਦਾ ਬਹਾਨਾ ਹੁਣ ਇਹਨਾਂ ਦੇ ਡਾਂਗ ਫੇਰੂ ਬਾਹਰਲੇ ਪਿੰਡ ਵਾਲਿਆਂ ਦੇ ਬਾਪੂ ਹਾਂ ਆਪਣੇ ਨਾਲ ਦੇ ਪਿੰਡ ਵਾਲੇ ਆ ਕੇ ਠਰਾਠਾ ਨੂੰ ਛੁੱਟੀ ਜਾਂਦੇ ਨੇ ਹਾਂ ਉਹਨਾਂ ਨੂੰ ਚੰਡਦੇ ਆ ਨਾਲੇ ਐਤਕੀ ਆ ਬਾ ਠੀਕ ਆ ਚਲ ਆ ਬਾਪੂ ਚੱਲੀਏ ਕਣਕ ਵਢਾਉਣੀ ਆ ਉਹਦਾ ਟੈਂਕ ਭਰ ਲਿਆ ਹੋਊ ਚੱਲ ਚੱਲ ਹਾਂ ਆ ਜਾ ਬਾਪੂ ਬੜਾ ਸਿਆਪਾ ਛੜਾ ਇਹਨੂੰ ਕਿਵੇਂ ਭਰਾਂਗੇ ਉਹ ਚੱਲ ਦੇਖੀ ਜਾਊਗੀ ਹੁਣ ਕਰੀਏ ਵੀ ਕੀ ਹੁਣ ਤਾਂ ਹਾਂ ਇੱਧਰ ਹੋ ਕੇ ਮਾਰ ਲੈ ਸੱਟ ਮਾੜੀ ਇਹਦੀ ਬਾਪੂ ਤੂੰ ਕਰ ਲਿਆ ਕਰ ਇਹੋ ਜਿਹੇ ਕੰਮ ਮੈਂ ਵਿਆਹ ਵੀ ਕਰਾਉਣਾ ਜੇ ਹੱਥ ਯਾਰ ਹੁਣ ਤੇ ਸਿੱਖਣਾ ਨਹੀਂ ਮਾੜਾ ਮੋਟਾ ਕੁਛ ਲੈ ਫੜ ਥੋੜੀ ਹੋਰ ਜੀ ਚਾਚਾ ਜੀ ਠੀਕ ਆ ਬਾਈ ਠੀਕ ਆ ਵਧੀਆ ਤੂੜੀ ਚਾਹੀਦੀ ਤੀ ਜੀ ਆਪਾਂ ਨੂੰ ਦੱਸ ਬਾਪੂ ਤੂੜੀ ਲੈ ਲਿਓ ਕੋਈ ਨਾ ਦੇ ਦਾਂਗੇ ਸਾਨੂੰ 20 ਟਰਾਲੀਆਂ ਚਾਹੀਦੀਆਂ ਨੇ ਜੀ ਫਿਰ ਪੱਕੀ ਗੱਲ ਕਰਿਓ
ਹੈਗੀ ਆ ਤੂੜੀ ਤਾਂ ਵੀਰੇ ਵਾਧੂ ਆ ਮੈਂ ਤੂੜੀ ਦੇ ਦਾਂ ਕੋਈ ਠੀਕ ਆ 20 ਟਰਾਲੀਆਂ ਦਾ ਹੋ ਜੂ ਟਰਾਲੀਆਂ ਦਾ ਹੋ ਤਾਂ ਜਾਊਗਾ ਪਰ ਰੇਟ ਸਾਡਾ ਜਨ ਕੇ ਐਤਕੀ 3500 ਰੁਪਿਆ ਸੋਡਾ ਅੱਡੇ ਰੇਟ ਆ ਸਾਰੇ ਪਿੰਡ ਨਾ 3500 ਵੀਰੇ ਲੇਬਰ ਬਹੁਤ ਵੱਧ ਗਈ ਪੰਚਾਇਤ ਨੇ 1300 ਦਾ ਰੀਪਰ ਦੀ ਕਿਰਾਈ ਕੱਢਤੀ ਅਸੀਂ ਤੁਹਾਡੇ ਘਰੇ ਵੀ ਲਾ ਕੇ ਹੋਣੀ ਆ ਸਾਨੂੰ ਕੀ ਬਚੂ ਉਹ ਵੀਰੇ 1800 2000 ਦਾ ਰੇਟ ਚੱਲਦਾ ਯਾਰ ਸਾਰੇ ਕਾਹਨੂੰ ਚੱਲਦਾ ਵੀਰੇ ਅਸੀਂ ਤਾਂ 3500 ਤੋਂ ਘੱਟ ਨਹੀਂ ਛੱਡਦੇ ਸਾਨੂੰ ਇਦੋਂ ਘੱਟ ਪੁੱਗਦਾ ਨਹੀਂ ਹੈਗਾ ਨਹੀਂ ਯਾਰ ਇਹ ਤਾਂ ਜ਼ਿਆਦਾ ਧੱਕਾ ਫਿਰ ਐਤਕੀ ਤੈਨੂੰ ਕਿਤੋਂ ਵੀ ਨਹੀਂ ਮਿਲਣੀ 3500 ਤੋਂ ਘੱਟ ਕਿਤੇ ਸੋਨਾ ਇਹ ਉਹ ਨਾ ਨਾ ਜੱਟਾਂ ਨੇ ਸਾਰਿਆਂ ਨੇ ਇੱਕਾ ਕਰ ਲਿਆ 3500 ਨੂੰ ਵੇਚਾਂਗੇ ਅਸੀਂ ਕਿਸੇ ਦਾ ਇੱਕਾ ਨਹੀਂ ਹੈਗਾ ਉਰੇ ਆ 2200 ਨੂੰ 2100 ਨੂੰ ਛੱਡਦੇ ਨੇ ਆਪਣੇ ਪਿੰਡ 'ਚ ਐਤਕੀ ਨਹੀਂ ਛੱਡਦੇ ਨਹੀਂ ਲੈਣੀ ਵੀਰੇ ਨਾ ਲੈ ਵੀਰੇ ਫਿਰ ਤੇਰੀ ਮਰਜ਼ੀ ਆ ਕੋਈ ਚੱਕਰ ਚੱਲ ਠੀਕ ਆ ਸਾਡੀ ਚੀਜ਼ ਸਾਡੇ ਕੋਲੇ ਆ ਹਾਂ ਅਸੀਂ ਆਪਦੀ ਅੰਦਰ ਪਾ ਲਾਂਗੇ ਗਾਂ ਸਿਆਲ ਚ ਵੇਚਦਾ ਇਹ ਸੋਨੂੰ ਜ਼ਿਆਦਾ ਹੀ ਆ 2300 ਰੁਪਏ ਨੂੰ ਦੇਖ ਨਾ ਨਾ ਵੀਰੇ ਚੱਲ ਤੂੰ ਜਮੀ ਨਹੀਂ ਪੋਗਦਾ ਸਾਰੇ ਪੈਸੇ ਪਹਿਲਾਂ ਨਾਲ ਚੱਲ ਬਾਪੂ ਚੱਲੀ ਓਏ ਮਾਰਕੀਟ ਉੱਤਰ ਕੇ ਚੱਲ ਲੈ ਲਿਓ ਫਿਰ 3500 ਸਟਾਰਟ 3500 ਲੈ ਲਿਓ ਕੋਈ ਨਾ 3500 ਆ ਦੇਖ ਲੈ ਬਾਪੂ ਕੀ ਕਹਿੰਦੀ ਕਹਿੰਦਾ ਜੱਟਾਂ ਦਾ ਏਕਾ ਨਹੀਂ ਐਤਕੀ ਆਪਾਂ ਵਧੀਆ ਰਹਿ ਗਏ ਪਹਿਲਾਂ ਹੀ ਏਕਾ ਕਰ ਲਿਆ ਉਹਨਾਂ ਨਾਲ ਹਾਂ ਹਾਂ ਉਹ ਵੀ ਆਪਣੀ ਗੱਲ ਹੁਣ ਮੰਨਣਗੇ ਹੋ ਚੱਲ ਹਾਂ ਉਹ ਕੀ ਹਾਲ ਆ ਬੜੇ ਵੀਰੇ ਠੀਕ ਆ ਜੀ ਠੀਕ ਆ ਹੋਰ ਵਧੀਆ ਪਹਿਲਾਂ ਯਾਰ ਮੇਲੇ ਤੇ ਮੈਨੂੰ ਜਤਿੰਦਰ ਹੋਣੀ ਉਹ 3500 ਮੰਗ ਕੇ ਖੜ ਗਏ ਯਾਰ ਤੂੰ ਘੱਟ ਦੇ ਦੀ ਯਾਰ ਫੇਰ ਤਾਂ ਯਾਰ ਦੇਣ ਲੈਣ ਵਾਲੀ ਗੱਲ ਕਰਕੇ ਨਹੀਂ ਚਾਚਾ 3500 ਯਾਰ 3500 ਚ ਕਿੰਨਾ ਕੁ ਫਰਕ ਆ ਯਾਰ ਫਿਰ ਚੱਲ ਯਾਰ ਤੁਹਾਡੇ 3000 ਨੂੰ ਛੱਡ ਦੂੰ ਮੈਂ ਗਾਹਾਂ ਗੱਲ ਨਾ ਕਰਿਓ ਯਾਨੀ ਗਾਹਾਂ 3500 ਨੂੰ ਇਹ ਕਹਿਓ ਅੱਛਾ ਠੀਕ ਹੈ ਨਾ ਤੇਰੀ ਮਰਜ਼ੀ ਆ ਵੀਰੇ ਜੇ ਤਾਂ 2200 ਨੂੰ ਦੇਣੀ ਆ ਮਰਜ਼ੀ ਦਾ ਤੇਰੇ ਨਾਲ ਆ ਪੈਸੇ ਨਾਲ ਦੀ ਨਾਲ ਆਪਣਾ ਨਵੇੜੀ ਦਾ ਪੈਸੇ ਵਾਲਾ ਦਾ ਕੀ ਆ ਕਰੀ ਚਾਚਾ ਹਾਂ ਆਪਾਂ ਕਿਹੜਾ ਆ ਵੀ ਪੈਸੇ ਰੱਖਾਂਗੇ ਆਪਾਂ ਤਾਂ ਨਗਦੋਂ ਨਗਦੀ ਵਾਲਿਆ ਪੈਸਿਆਂ ਨੂੰ ਤੈਨੂੰ ਕਹੇ ਆ ਸੀ ਤੂੰ ਇਹ ਵੀ ਸੋਚ ਤੈਨੂੰ ਅੱਜ ਪੈਸੇ ਨਾਲ ਦੀ ਨਾਲ ਮਿਲਦੇ ਨੇ 3500 ਵਾਲਾ ਪੈਸੇ ਵੀ ਨਾ ਦਵੇ ਸੇ ਮਹੀਨੇ ਫੇਰ ਚੱਲ ਫਿਰ ਤੇਰੀ ਮਰਜ਼ੀ ਆ ਭਾਈ ਕਹਿੰਦਾ ਚਾਚੇ ਇਹਦਾ ਚਾਚੇ ਦੀ ਵੀ ਨਹੀਂ ਕੋਈ ਇੱਜ਼ਤ ਰੱਖੀ ਯਾਰ ਚੱਲ ਯਾਰ ਜੇ ਨਹੀਂ ਪਊਦੀ ਜਾਓ ਠੀਕ ਆ ਜੀ ਫਿਰ ਕੀ ਹਾਲ ਆ ਕਿਵੇਂ ਆ ਬਿੰਦਰਾ ਠੀਕ ਆ ਹੋਰ ਵਧੀਆ ਵਧੀਆ ਤੂੜੀ ਕਰ ਲਈ ਹਾਂ ਤੂੜੀ ਚੱਲਦਾ ਕੰਮ ਫਿਰ ਯਾਰ 20 ਟਰਾਲੀਆਂ ਦਵੇਂਗਾ ਪਹਿਲੀ ਕੀ ਰੇਟ ਰੂਟ ਦਵੇਂਗਾ ਰੇਟ 3500 ਦਾ ਚੱਲਦਾ 3500 ਨੂੰ ਕਿਤੇ ਸੋਨਾ ਉਹ ਸੋਨੇ ਦੇ ਭਾਅ ਆ ਸਾਡੀ ਉਹ 3500 ਓਏ ਹੋਰ ਹੁਣ ਉਹ ਯਾਰ ਜੇ ਤਾਂ ਰੇਟ ਨਾਲ ਦੇਣੀ ਹੈ ਤਾਂ ਦੱਸ ਯਾਰ ਨਾ ਕਿਤੇ ਪੈਸੇ ਆਪਣੇ ਦੇਖ ਪਿੰਡ ਦਾ ਰੇਟ ਬੰਨਿਆ 3500 ਰੁਪਏ ਟਰਾਲੀ ਨੂੰ ਉਹ ਯਾਰ ਪਿੰਡ ਪੁੰਡ ਦਾ ਕੋਈ ਨਹੀਂ ਕਿਸੇ ਨਾਲ ਸਹੀ ਰੇਟ 'ਚ ਚੱਲਦਾ ਤੂੰ ਮੈਨੂੰ ਦੱਸ ਦੇ ਕੋਈ 2500 ਦੇ ਰਿਹਾ ਪਤਾ ਕਰਿਆ ਕੋਈ 2500 ਨੂੰ ਦੇ ਰਿਹਾ ਕੋਈ 2200 ਨੂੰ ਦੱਸ ਤੈਨੂੰ ਕਿੰਨੀ ਦਵਾਵਾਂ ਕੌਣ ਆਂਦਾ 2500 ਮਹਿੰਗੇ ਬੰਦੇ ਵਿੱਚ ਮੈਨੂੰ 2200 ਨੂੰ ਵੀ ਕਹਿੰਦੇ ਨੇ ਨਹੀਂ 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 ਫਿਰ ਤੂੰ ਆਪਣਾ ਪਾ ਲਈ ਅੰਦਰ ਉਹਨੂੰ ਰੱਖ ਲਈ ਵੀਰੇ ਤੈਨੂੰ ਮੈਂ ਦੇ ਦੂੰ 3500 ਨੂੰ ਦੇਖ ਲੈ ਪਾ ਲੈ ਵੀਰੇ 2200 ਨੂੰ ਦੇ ਦੀ 20 ਟਰਾਲੀਆਂ ਨਗਦ ਪੈਸੇ ਜੇ ਦੇਣੀ ਆ ਸਲਾਹ ਕਰ ਲਈ ਜਿਹਦੇ ਨਾਲ ਮਰਜ਼ੀ ਕਰੇ ਚੱਲ ਗਾਹਾਂ ਨਾਲ ਕਿਸੇ ਕੋਲ ਗੱਲ ਕਰੀ ਮੈਂ ਇਹ ਗੱਲ ਸੁਣ ਤੇਰੇ ਹੁਣ 3000 ਨੂੰ ਪਾ ਦੂੰਗਾ 3000 ਨੂੰ ਤਾਂ ਜ਼ਿਆਦਾ ਆ ਸੋਨੀ ਉਹ ਸਾਲਿਆ ਬਚਦਾ ਕੀ ਹੈ ਉਹ ਯਾਰ ਸਭ ਕੁਝ ਬਚਦਾ ਯਾਰ ਨਹੀਂ ਕੁਝ ਨਹੀਂ ਬੱਲੇ ਪੈਂਦਾ ਹੈਗਾ ਉਹ ਯਾਰ ਮੈਨੂੰ 2800 ਰੁਪਏ ਨੂੰ ਨਾ ਦੋ ਟਰਾਲੀਆਂ ਸੁੱਟ ਕੇ ਗਿਆ ਬੰਦਾ ਕੌਣ ਸਿੱਟਦਾ 2800 ਨੂੰ ਯਾਰ ਮੈਂ ਨੌ ਕਾਤੇ ਲਵਾਂ ਯਾਰ ਬੰਦੇ ਦਾ ਚੱਲ ਮੇਰੀ ਗੱਲ ਸੁਣ ਵੀ ਤੂੰ ਕਹਾਣਾ ਰੌਲਾ ਪਾਈ ਕਿਸੇ ਕੋਲ ਗੱਲ ਜਿਹੜੀ ਆਪਣੇ ਦੋਵਾਂ 'ਚ ਰਹੇ ਤੂੰ 2500 ਨੂੰ ਚੁੱਪ ਕਰਕੇ ਪਾ ਲੈ ਮੈਂ ਅਗਲੇ ਨੂੰ ਕਹਿ ਦੂੰਗਾ ਜੀ ਮੈਂ ਤਾਂ 3500 ਨੂੰ ਲਈ ਆ ਤੂੰ ਮੈਨੂੰ 2400 ਨੂੰ ਲੈ ਨਾ ਨਾ 2500 ਨੂੰ ਪਾਉਂਗਾ ਚੱਲ 2500 ਨੂੰ ਫੇਰ ਤਾਂ ਆਪ ਸਟਿਆਉਣੀ ਅੰਦਰ ਨਾ ਨਾ ਲੇਬਰ ਤੇਰੀ ਹੋਊਗੀ ਲੇਬਰ ਤੇਰੀ ਆ ਵੀਰੇ ਉਹਦੇ ਵਿੱਚ ਚੱਲ ਥੋੜਾ ਬਹੁਤ ਤੂੰ ਕਰ ਦੇ ਥੋੜਾ ਬਹੁਤ ਮੈਂ ਕਾਹਦੇ ਕਰਾਂ ਯਾਰ ਮੇਰੇ ਨਾਲ ਗੱਲ ਕਰੀ ਆ ਬਾਅਦ ਵਿੱਚ ਕੁਝ ਪੱਲੇ ਦਾ ਪਊ ਮੇਰੇ ਚੱਲ ਕਰ ਲਾਂਗੇ ਆਪਾਂ ਫਿਰ ਲੇਬਰ ਬਾ ਠੀਕ ਆ ਹੋ 2500 ਨੂੰ ਪਾ ਲਈ ਹੁਣ ਕੈਂ ਟਰਾਲੀਆਂ ਪਵਾਵੇਂਗਾ 20 ਚੱਲ ਪਾ ਦਾਂਗੇ 20 ਪੈਸੇ ਨਗਦ ਲੱਗਣਗੇ ਪੈਸੇ ਨਗਦ ਉਹ ਇਹਦਾ ਕਰ ਹੀ ਲਿਆ ਕੋਈ ਕੀ ਕਰਾਂ ਬਾਪੂ ਜਾਤਾ ਤੂੰ ਐ ਕਹੀਂਗਾ ਆਪਾਂ 3500 ਨੂੰ ਵੇਚਾਂਗੇ ਮੁੜ ਕੇ ਕੋਈ ਗਾਹਕ ਨਹੀਂ ਆਇਆ ਗਾਹਕ ਹੁਣ ਕੀ ਕਰੀਏ 3500 ਦਾ ਪਿੰਡ 'ਚ ਰੇਟ ਬੰਨਿਆ ਸੀ ਜਿਹੜਾ ਉਹ ਤਾਂ ਆਪਾਂ ਇੱਕ ਨੇ ਚੱਲਾਂਗੇ ਹੁਣ ਉਹ ਕੋਈ ਨਹੀਂ ਖੜਿਆ ਆਪਣੀ ਗੱਲ ਤੇ ਉਧਰ ਸੋਨੀ ਉਹਨਾਂ ਨੇ 2000 ਨੂੰ ਛੱਡਤੀਆਂ ਫੇ ਤੂੰ ਕੀ ਦੇਖਦਾ 2000 ਨੂੰ ਛੱਟਿਆ ਫਿਰ ਤੂੰ ਹੁਣ ਰੀਪਰ ਵੀ ਆਉਣ ਵਾਲਾ ਹੋਊਗਾ ਫਿਰ ਵੀ ਕਰੀਏ ਟਰਾਲੀ ਵਿਹਲੀ ਸਾਰਾ ਦਾ ਕੋਠੇ ਭਰ ਗਏ ਆਪਣੇ ਹੁਣ ਇੰਨੀ ਤੂੜੀ ਕਰਾਂਗੇ ਕੀ ਆਪਾਂ ਇੱਥੇ ਕਿੱਥੇ ਰੱਖਾਂਗੇ ਇਹਨੂੰ ਚੱਲ ਚੱਕ ਦੇ ਫਿਰ ਤੂੰ ਵੀ 2000 ਨੂੰ ਹੁਣ ਆਪਣਾ ਨਹੀਂ ਜੱਟਾਂ ਦਾ ਨਹੀਂ ਏਕਾ ਹੁੰਦਾ ਮੈਂ ਦੇਖ ਲਿਆ ਬਾ ਇਹ ਤਾਂ ਇਹੀ ਕੰਮ ਰਹੂਗਾ ਹਾਂ ਉਹ ਲੇਬਰ ਵਾਲੇ ਦੇਖ ਲੈ 375 ਨੂੰ ਏਕਾ ਕਰਕੇ ਲੈ ਗਏ ਉਹ ਕਪੈਨਾ ਵਾਲਿਆਂ ਦਾ ਵੀ ਨਹੀਂ ਆਪਣੇ ਮੰਗ ਦੇਖ ਲੈ 100 ਰੁਪਏ ਕਿਵੇਂ ਘਟ ਗਏ ਤੀ ਇਹ ਤਾਂ ਸਭ ਦੀ ਅੰਦਰੋਂ ਗਤੀ ਸਭ ਦੀ ਇਹੀ ਕੰਮ ਚੱਲਦਾ ਹਾਂ ਕੱਲੇ ਲੇਬਰ ਵਾਲਿਆਂ ਦਾ ਹੀ ਏਕਾ ਹਾਂ ਵਿੱਚ ਦੇਖ ਲੈ ਆਪਣੇ ਵਰਗਾ ਇੱਕ ਅੱਧਾ ਇੱਕ ਨੇ ਜਿਹੜਾ ਅੜ ਗਿਆ ਰੇਟ ਤੇ ਹਾਂ ਮੰਜ ਆ ਜਾਂਦਾ ਤਾਂ ਮੰਜ ਆ ਉਹ ਹਾਂ ਆਪਣੀਆਂ ਦੇਖ ਲੈ ਟਰਾਲੀਆਂ ਇੱਕ ਨੇ ਰਹਿ ਗਈਆਂ ਭਰੀਆਂ ਭਰਾਈਆਂ ਚੱਲ ਤੂੰ ਆ ਕਢਾ ਟਰਾਲੀ ਕਰਾਂ ਮੈਂ ਛੱਟ ਕੇ ਆਵਾਂ ਫਿਰ ਬੰਦੇ ਦੇ ਵਧੀਆ ਦੇ ਲਾਹੀ ਜਿਹੜਾ ਪੈਸੇ ਨਾਲ ਲੈ ਦੇਵੇ ਨਾ ਕਰ ਲਾਂਗੇ ਆਪਾਂ ਆਹੋ ਚੰਗਾ ਹਾਂ ਬਾਪੂ ਗੱਲ ਤਾਂ ਸੁਣ ਇੱਕ ਮਿੰਟ ਹਾਂ
ਤਾਂ ਕਹਿਤਾ ਦਿੱਤਾ 2000 ਨੂੰ ਸੜਦੇ ਹਾਂ ਇਹ ਚ 1200-1300 ਤਾਂ ਕਰਾਈ ਦਾ ਹੋ ਗਿਆ ਹਾਂ ਫਿਰ 200 ਦਾ ਤੇਲ ਵੀ ਖਾਊ ਜਿਹਦੇ ਸਿੱਟਣ ਜਾਏਗਾ ਹਾਂ 1400 ਫਿਰ ਉੱਤੇ ਹੋਰ ਲੇਬਰ ਖਰਚਾ ਵੀ ਪੈਣਾ ਆਪਾਂ ਤਾਂ ਸਾਰੇ ਹੀ ਟਰਾਲੀ ਮਗਰ 300 ਰੁਪਈਆ ਬਚਦਾ ਇੱਧਰ ਤੈਨੂੰ ਅੱਗ ਲਾ ਦੇ ਕਰਨ ਤੋਂ ਉਹ ਅੱਗ ਵੀ ਹੁਣ ਖੇਤ ਤਾਂ ਵਿਹਲਾ ਕਰਨੀ ਆ ਚੱਲ ਫਿਰ ਬੀੜ ਚ ਪਾ ਦਿੰਦੇ ਕਰਕੇ ਆਪਾਂ ਨੀ ਵੇਚਦੇ ਆ ਰੇਟ ਬਚਦਾ ਨੀ ਕੁਛ ਉੱਥੇ ਦਾਨਤਾ ਲੱਗੂਗਾ ਚੱਲ ਲੈ ਜਾ ਜਾ ਪਵਾਵਾਂ ਟਰਾਲੀ ਕੱਢ ਇਹਨੂੰ ਉਹ ਚੱਲ ਹੁਣ ਛੱਡ ਦਿੰਦੇ ਕੀ ਕਰੀਏ ਹੁਣ ਨਹੀਂ ਤੂੰ ਬੀੜ ਚ ਪਾਵਾਂਗੇ ਆਪਾਂ ਤਾਂ ਚੱਲ ਚੱਲ ਫਿਰ ਹੁਣ ਕੀ ਕਰੀਏ ਹੋਰ ਹੋਰ ਸੱਤੇ ਕਿਵੇਂ ਚੱਲਦਾ ਰੀਪਰ ਰੀਪਰ ਵਧੀਆ ਚੱਲਦਾ ਵੀਰੇ ਰੀਪਰ ਤਾਂ ਅੱਛਾ ਰੋਟੀ ਪਾਣੀ ਭੇਜਤਾ ਇੱਧਰ ਸਰਪੰਚ ਨੇ ਉਹ ਯਾਰ ਸਰਪੰਚ ਦਾ ਕੀ ਕੰਮ ਆ ਮੈਂ ਤਾਂ ਘਰੇ ਫੋਨ ਕਰਕੇ ਮੰਗਾਈ ਆ ਰੋਟੀ ਰੂਟੀ ਵੀ ਇਹਨਾਂ ਨੇ ਤਾਂ ਲੇਬਰ ਵਾਲੇ ਬਈਏ ਮੈਨੂੰ ਫੋਨ ਕਰੀ ਜਾਂਦੇ ਨੇ ਕਹਿੰਦੇ ਰੋਟੀ ਨਹੀਂ ਦਿੰਦਾ ਹੈਗਾ ਸਰਪੰਚ ਹੋਰ ਉਹਨਾਂ ਦੀ ਰੋਟੀ ਮੈਂ ਘਰੋਂ ਬੇਬੇ ਨੇ ਵਿਚਾਰੀ ਨੇ ਮਸਾਂ ਰੋਟੀਆਂ ਬਣਾ ਕੇ ਭੇਜੀਆਂ ਨੇ ਹੁਣ ਬਈਏ ਕਿ ਤੈਨੂੰ ਪਤਾ ਹੀ ਆ ਉਹ ਕਿੰਨੀਆਂ ਖਾਂਦੇ ਨੇ ਲੇਬਰ ਵਾਲੇ ਉੱਧਰ ਵੀ ਇਹੀ ਹਾਲ ਆ ਉੱਧਰ ਵੀ ਕੁਛ ਨਹੀਂ ਭੇਜਿਆ ਹੈਗਾ ਨਾ ਪਾਣੀ ਨਾ ਰੋਟੀ ਕੁਛ ਨਹੀਂ ਭੇਜਿਆ ਹੈਗਾ ਸਰਪੰਚ ਮੈਂ ਤਾਂ ਇਹਦੀ ਮਹਾਂ ਸਰਪੰਚ ਦੋਈ ਮੋਟਰ ਤੇ ਤੇਰੇ ਕੰਨੀ ਲੈ ਕੇ ਵਗਿਆ ਹੋਊਗਾ ਉੱਧਰ ਵੀ ਨਹੀਂ ਗਿਆ ਉਹ ਤਾਂ ਏਸੀ ਛੱਡੀ ਪਿਆ ਉਹਦਾ ਸੀਰੀ ਦੱਸਦਾ ਸੀ ਕਹਿੰਦਾ ਉਹਦਾ ਘਰੇ ਏਸੀ ਛੱਡੀ ਪਿਆ ਕੁਛ ਨਹੀਂ ਆਇਆ ਹੈਗਾ ਨਾ ਪਾਣੀ ਨਾ ਰੋਟੀ ਮੈਂ ਵੀ ਤੇਰੀ ਭਰਜਾਈ ਨੂੰ ਕਰਿਆ ਫੋਨ ਮੈਂ ਬੇਬੇ ਨੂੰ ਕਹਿ ਕੇ ਲਹਾ ਦੇ ਇੱਥੇ ਰੋਟੀਆਂ ਯਾਰ ਬੇਬੇ ਕਹਿੰਦੀ ਸੀ ਕਹਿੰਦੀ ਉੱਧਰ ਵੀ ਭੇਜੇ ਨੇ ਸੱਤੇ ਯਾਰ ਬਾਈ ਔਖਾ ਹੀ ਆ ਤਾਂ ਕੰਮ ਬਹੁਤ ਜ਼ਿਆਦਾ ਯਾਰ ਬਹੁਤ ਔਖਾ ਹੁਣ ਕੀ ਕਰੀਏ ਯਾਰ ਦੇਖ ਲਾ ਪਹਿਲਾਂ ਤਾਂ ਰੇਟ ਚ ਮਾਜ ਗਿਆ ਆਪਾਂ ਨੂੰ ਸਰਪੰਚ ਨਾ ਹੁਣ ਰੋਟੀ ਦਿੰਦਾ ਰੋਟੀ ਦਿੰਦਾ ਨਾ ਪਾਣੀ ਆ ਬੈਠਿਆਂ ਭੁੱਖਣ ਭਾਣੇ ਹੋਰ ਯਾਰ ਉਹ ਕਹਿੰਦਾ ਮੈਂ ਉਹ ਕਰੂੰਗਾ ਹੁਣ ਜੇ ਆਪਾਂ ਕਿਸੇ ਦੇ ਹੋਰ ਦੇ ਘੱਟ ਰੇਟ ਤੇ ਲਾਉਨੇ ਆ ਇਹ ਨਹੀਂ ਪਤਾ ਜੁਰਮਾਨਾ ਲਾ ਦੇ ਆਪਾਂ ਨੂੰ ਹਨਾ ਜਿੰਨੇ ਬਚਣਗੇ ਉਹੀ ਜੁਰਮਾਨੇ ਦੇ ਦੇਵਾਂਗੇ ਮੈਂ ਤਾਂ ਯਾਰ ਬੀਕੌਮ ਵੀ ਕਰੀ ਮਾਂ ਚੱਲ ਬੈਂਕ 'ਚ ਨੌਕਰੀ ਨੌਕਰੀ ਕਰ ਲਾਂਗੇ ਤੂੰ ਤਾਂ ਹੁਣ ਇੱਥੇ ਮਿੱਟੀ ਫੱਕ ਦਈ ਤੀ ਹੁਣ ਤਾਂ ਮੈਨੂੰ ਵੀ ਨਾਲ ਲਾ ਲਿਆ ਇੱਥੇ ਗਰਦ 'ਚ ਮੈਂ ਤੈਨੂੰ ਸੱਤੇ ਪਹਿਲਾਂ ਹੀ ਕਹਿਤੀ ਵੀ ਤੂੰ 12ਵੀਂ 12ਵੀਂ ਕਰਕੇ ਇੱਧਰ ਆ ਜਾ ਕੀ ਯਾਰ ਨੌਕਰੀਆਂ ਨੌਕਰੀਆਂ ਰੋ ਕਿੱਥੇ ਉਹਨੇ ਕੁਛ ਨਹੀਂ ਉਹ ਯਾਰ ਆਪਣੇ ਜੱਟਾਂ ਨੂੰ ਤਾਂ ਹਰ ਪਾਸੇ ਹੀ ਘਾਟਾ ਸਾਰੇ ਪਾਸੇ ਹੀ ਆਪਣੇ ਤਾਂ ਮਾਰੇ ਪੈਂਦੀ ਆ ਯਾਰ ਬਾਈ ਰੀਪਰ 'ਚੋਂ ਨਹੀਂ ਕੁਛ ਬਚਦਾ ਹੈਗਾ 400 ਮੰਗ ਲੇਬਰ ਆ 400 ਦਾ ਟਰੈਕਟਰ ਤੇਲ ਖਾਊਗਾ ਟੁੱਟ ਭੱਜ ਵੀ ਕੱਢਣੀ ਆਪਾਂ ਨੂੰ 100 ਰੁਪਇਆ ਟਰਾਲੀ ਛੱਡ ਦੇਣੀ ਹੈਗੀ ਕੁਛ ਨਹੀਂ ਬਾਦਾ ਤੂੰ ਫਿਰ ਹੋਰ ਕਿਵੇਂ ਕਰਨਾ ਬਾਈ ਮੈਂ ਤਾਂ ਆਪਾਂ ਤਾਂ ਗਾਹਾਂ ਨੂੰ ਆਪਣੇ 20 ਕਿੱਲੇ ਨੇ ਆਪਣੇ 10 ਵੀ ਆਪਾਂ ਠੇਕੇ ਤੇ ਲੈ ਲਿਆ ਕਰਾਂਗੇ ਆਪਣੀ ਆਪਣੀ ਤੂੜੀ ਕਰਕੇ ਰੀਪਰ ਘਰੇ ਖੜਾਇਆ ਕਰਾਂਗੇ ਮੋਹ ਨਾਲ ਲੀਰ ਮਾਰ ਕੇ ਖੜਾਇਆ ਕਰਾਂਗੇ ਆਪਾਂ ਨਾਲੇ ਟਰੈਕਟਰ ਭੰਨਦੇ ਆ ਇੱਕ ਟਰਾਲੀ ਕਿਰਾਏ ਤੇ ਲਈ ਬੈਠੇ ਆਪਾਂ ਨੂੰ ਕੀ ਬਚੂਗਾ ਨਾਲੇ ਜਿਹੜਾ 2 ਥੱਲੇ ਆਟੇ ਦੇ ਲੱਗਦੇ ਨੇ ਉਹ ਹੋਰ ਯਾਰ ਬਈਏ ਵੀ ਬਹੁਤ ਖਾਂਦੇ ਹੋਰ ਯਾਰ ਹੋਰ ਤਾਂ ਸੱਤੇ ਬੁਰਾ ਹਾਲ ਆ ਸਾਲੇ ਕਣਕ ਦੀ ਵਢਾਈ ਦੇ ਪੈਸੇ ਗਾਹਾਂ ਜੀਰੀ ਵੇਲੇ ਦਿੰਦੇ ਨੇ ਜਾ ਕੇ ਰੀਪਰ ਦੇ ਦੇਖ ਲਾ ਆਪਣੇ ਪਿਛਲੇ ਵੀ ਖੜੇ ਨੇ ਉਹ ਹੋਰ ਯਾਰ ਕਈ ਜਾਣਿਆਂ ਕੰਨੀ ਖੜੇ ਨੇ ਰੀਪਰ ਦੇ ਆ ਹੁਣ ਤੈਨੂੰ ਕੀ ਲੱਗਦਾ ਵੀ ਸਰਪੰਚ ਤੈਨੂੰ ਜਦੀ ਦੇ ਦੂਗਾ ਚੈੱਕ ਕੱਟ ਕੇ ਲਹੇ ਦਊਗਾ ਇਹਦੇ ਕੋਲ ਤਾਂ ਆਪ ਨਹੀਂ ਕੁਛ ਹੈਗਾ ਚੱਲ ਠੀਕ ਆ ਬਾਈ ਮੈਂ ਮਾਰਦਾ ਟਰੈਕਟਰ ਮੂਰੇ ਕੱਪੜਾ ਕੁੱਪੜਾ ਕਿਤੇ ਗਰਮ ਹੋ ਜੇ ਆਪਣੇ ਤੋਂ ਵੀ ਜਾਈਏ ਮੈਂ ਵੀ ਦੇਖਦਾ ਉਧਰ ਦੇਖਦਾ ਬਾਈ ਮਸ਼ੀਨ ਕੰਨੀ ਜਾਇਆ ਇੱਧੀ ਤੂੰ ਤਾਂ ਬਹੁਤ ਸਕੀਮੀ ਆ ਓਏ ਦੇਖ ਲਾ ਫਿਰ ਪਿੰਡ 'ਚ ਰੇਟ ਬੰਨ ਤਾਂ ਵੱਧ ਆਪ ਘੱਟ ਨਾਲ ਕਰਾਈ ਜਾਂਦਾ ਹੈ ਓਹੋ ਤੂੰ ਤੇਰੇ ਚਾਚੇ ਨੂੰ ਦੱਸ ਨਾਲੇ ਤੇਰਾ ਚਾਚਾ ਸਰਪੰਚ ਆ ਇਹ ਤੇਜੀ ਸਰਪੰਚ ਨੇ ਧੱਕ ਪਾ ਰੱਖੀ ਇਹੋ ਜਿਹੇ ਕੰਮ ਕਾਰ ਕਰ ਨਾਲੇ ਤੂੰ ਵੀ ਦੇਖ ਸਸਤੇ ਰੇਟ ਤੇ ਹੋਰ ਕੀ ਚਾਹੀਦਾ ਚੱਲ ਤਾਂ ਇਹਦਾ ਕਰ ਲਿਆ ਸਾਡੀ ਵੀ ਕਰਾ ਦੇ ਤੁਹਾਡੀ ਕਰਾ ਦੇਵੇ ਕੋਈ ਚੱਕਰ ਨਹੀਂ ਆਪਾਂ ਤੋਂ ਨਹੀਂ ਭੱਜ ਸਕਦੇ ਜੇ ਭੱਜਣਗੇ ਜੁਰਮਾਨਾ ਠੋਕਾਂਗੇ 25,000 ਦੇਖ ਨਾਲੇ ਤੂੰ ਵੀ ਦੇਖ ਕਿੰਨੀ ਵਧੀਆ ਕਰਦਾ ਰੋਗ ਪੂਰਾ ਆਪਣਾ ਦਬਕਾ ਹੀ ਬਹੁਤ ਆ ਆ ਸਕੀਮ ਠੀਕ ਆ ਤੇਰੀ ਹਾਂ ਇਹੋ ਜਿਹੇ ਕੰਮਾਂ ਵਾਲੇ ਤੱਕ ਪਾ ਕੇ ਰੱਖਦੇ ਗ੍ਰਾਂਟ ਆਪਾਂ ਤੈਨੂੰ ਪਤਾ ਆਉਂਦੀ ਤਾਂ ਹੈ ਨਹੀਂ ਫਿਰ ਆ ਚੱਲੀਏ ਇੱਥੇ ਰੋਟੀ ਮੰਗਣਗੇ ਇਹ ਰੋਟੀ ਰੂਟੀ ਨਹੀਂ ਦੇਣੀ ਇਹਨਾਂ ਨੂੰ ਜਾਂ ਪੈਸੇ ਦੇਣੇ ਫਿਰ ਰੋਟੀ ਕਾਹ ਤੋਂ ਦਈਏ ਸਾਰਾ ਰੋਟੀ ਦਾ ਖਵਾ ਦੇ ਉਹ ਨਹੀਂ ਸਾਰਾ ਰੇਟ ਘੱਟ ਲਾ ਰਹੇ ਨੇ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਅਤੇ ਆਹ ਵੀਡੀਓ 'ਚ ਅਸੀਂ ਇਹੀ ਦਿਖਾਇਆ ਵੀ ਜੱਟਾਂ ਦਾ ਇੱਕਾ ਨਹੀਂ ਹਰੇਕ ਪਾਸੇ ਨੂੰ ਜੱਟਾਂ ਨੂੰ ਇਹ ਘਾਟਾ ਪੈਂਦਾ ਅਤੇ ਪੰਚਾਇਤ ਨੇ ਰੇਟ ਤਾਂ ਬੰਨ ਤੇ ਪਰ ਉਹ ਕੋਈ ਨਹੀਂ ਫੋਲੋ ਨਹੀਂ ਕਰ ਰਿਹਾ ਵੀ ਹਰੇਕ ਕੋਈ ਘੱਟ ਰੇਟ 'ਤੇ ਵੱਢ ਰਿਹਾ ਕੋਈ ਘੱਟ ਰੇਟ 'ਤੇ ਤੂੜੀ ਵੇਚ ਰਿਹਾ ਅਤੇ ਵਿੱਚ ਜਿਹੜੇ ਇੱਕ ਨੇ ਦਿਹਾੜੀ ਕਰ ਦਿੰਦੇ ਨੇ ਉਹ ਇੱਕ ਨੇ ਰਹਿ ਜਾਂਦੇ ਨੇ ਉਹਨਾਂ ਦੀ ਵਿਕਦੀ ਵੀ ਨਹੀਂ ਆਹ ਕਣਕ ਦਾ ਹੀਲਾ ਕਰੇ ਸਰਕਾਰ ਸਾਡੀ ਆਹ ਕਣਕ ਖੇਤਾਂ 'ਚ ਲਾਹੀ ਆ ਵੀਰੇ ਇਹਨੂੰ ਲੱਦਣਾ ਪਊ ਫਿਰ ਮੰਡੀ 'ਚ ਲੈ ਕੇ ਜਾਣ ਵਾਸਤੇ 50 ਕੁਇੰਟਲ ਕਹਿੰਦੇ 50 ਕੁਇੰਟਲ ਲੈ ਕੇ ਆਓ 50 ਕੁਇੰਟਲ 'ਚ ਕੀ ਜਾਊਗਾ 50 ਕੁਇੰਟਲ ਨਾਲ ਵੀਰੇ ਉਹ ਕੁਛ ਨਹੀਂ ਸਰਨਾ ਸਾਡਾ ਸਰਕਾਰ ਨੂੰ ਅਸੀਂ ਇਹ ਹੱਥ ਬੰਨ ਕੇ ਸਾਡੀ ਬੇਨਤੀ ਆ ਵੀ ਇਹਨੂੰ ਇੱਥੋਂ ਹੀ ਕੰਡਿਆਂ ਤੋਂ ਚੱਕ ਲੈਵੇ ਨਾਲ ਦਾ ਭੀੜ ਘਟਦੀ ਆ ਮੰਡੀਆਂ 'ਚ ਸਾਰੇ ਕਿਤੇ ਭੀੜ ਘਟ ਜੂਗੀ ਖੇਤਾਂ 'ਚ ਕੋਈ ਨਹੀਂ ਆਉਂਦੀ ਹੈਗੀ ਖੇਤਾਂ 'ਚ ਹੀ ਕੰਡਾ ਲਾ ਕੇ ਲੈ ਜਾਓ ਇਹਨੂੰ ਸਾਤੋਂ ਵੀਰੇ ਸਾਡੇ ਹੱਥ ਖੜੇ ਨੇ ਵੀਰ ਬਣ ਕੇ ਸਾਡੀ ਬੇਬਾਏ ਜੀ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਇਦਾਂ ਹੀ ਬਣਦੀ ਰਹਿਣੀ ਆ